ਉਠੀਏ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੁਸੀਂ ਆਪ ਦਾ ਚੈਨਲ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਜੀ ਆ ਇਹਦਾ ਮਕਸਦ ਥੋੜਾ ਜਿਹਾ ਅਲੱਗ ਤੋਂ ਹੈ ਕੁਝ ਕੁ ਗੱਲਾਂ ਸਿਗੀਆਂ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਿਗੀਆਂ ਉਹ ਮੈਂ ਕਰੂਗਾ ਜੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣਾ ਜਿਹੜਾ ਚੈਨਲ ਆ ਕਾਫੀ ਵੱਡਾ ਹੋ ਗਿਆ ਜੀ ਚੈਨਲ ਤੁਹਾਡੇ ਕਰਕੇ ਵੱਡਾ ਹੋਇਆ ਜੀ ਤੇ ਤੁਹਾਡੇ ਸਾਥ ਕੇ ਹੋਇਆ ਬਹੁਤ ਬਹੁਤ ਸ਼ੁਕਰੀਆ ਤੇ ਆਪਣਾ ਪਰਿਵਾਰ ਆ ਜਿਹੜਾ ਕਾਫੀ ਵੱਡਾ ਹੋ ਗਿਆ ਤੇ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਨੂੰ ਹੋਰ ਵੀ ਅੱਗੇ ਖਿੱਚ ਕੇ ਲੈ ਕੇ ਜਾਓ ਜਲਦੀ ਤੋਂ ਜਲਦੀ 1 ਲੱਖ ਸਬਸਕ੍ਰਾਈਬ ਕਰੋ ਜੀ ਤੇ ਆਪਣਾ 1 ਲੱਖ ਦਾ ਫਿਰ ਪਰਿਵਾਰ ਹੋ ਜਾਊਗਾ ਤੇ ਬਹੁਤ ਵੱਡਾ ਪਰਿਵਾਰ ਹੋ ਜਾਊਗਾ ਚੈਨਲ ਵੀ ਆਪਣਾ ਸਟਰੋਂਗ ਹੋ ਜਾਊਗਾ ਕਰੋ ਸਪੋਰਟ ਦੱਬ ਕੇ ਜੀ ਤੇ ਪਹਿਲੀ ਗੱਲ ਤਾਂ ਮੈਂ ਇਹ ਕਰਨੀ ਚਾਹੁੰਗਾ ਜੀ ਕਿ ਮੇਰੇ ਕੋਲੇ ਬਹੁਤ ਸਾਰੀਆਂ ਕੋਠੀਆਂ ਆਈਆਂ ਪਈਆਂ ਜਿਹੜੀਆਂ ਭੇਜੀਆਂ ਹੋਈਆਂ ਜੀ ਸੇਲ ਕਰਨ ਵਾਸਤੇ ਤੇ ਮੈਂ ਹਰ ਰੋਜ਼ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਜੀ ਵੀ ਤੁਸੀਂ ਜਿਹੜੀ ਵੀਡੀਓ ਬਣਾ ਕੇ ਭੇਜ ਦਿਓ ਉਹਨਾਂ ਫੋਨ ਨੂੰ ਟੇਡਾ ਕਰਕੇ ਮਤਲਬ ਕੀ ਰੋਟੇਟ ਕਰਕੇ ਜੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਭੇਜ ਕਰੂ ਤੇ ਵੀਡੀਓ ਜਿਹੜੀ ਮੇਨ ਗੇਟ ਤੋਂ ਸਟਾਰਟ ਕਰਿਆ ਕਰੋ ਫਿਰ ਸਾਰਾ ਕੁਝ ਦਿਖਾਇਆ ਕਰੋ ਜਿਵੇਂ ਕਿ ਪਹਿਲਾਂ ਤਾਂ ਮੇਨ ਗੇਟ ਹੋ ਗਿਆ ਜੀ ਫਿਰ ਆਪਾਂ ਅੰਦਰ ਜਾਣਾ ਬੇੜਾ ਹੋ ਗਿਆ ਆਪਣਾ ਪੋਰਚ ਵਗੈਰਾ ਤੇ ਵਾਰੀ ਸਰ ਸਾਰਾ ਕੁਝ ਦਿਖਾਇਆ ਕਰੋ ਤੇ ਕਈ ਵੀਡੀਓ ਮੇਰੇ ਕੋਲ ਇਹੋ ਜਿਹੀਆਂ ਆਈਆਂ ਪਈਆਂ ਜੀ ਵੀ ਸਟਾਰਟ ਕੀਤਾ ਹੁੰਦੀ ਹੈ ਤੇ ਖਤਮ ਕਿਤੇ ਹੋ ਰਹੀ ਹੁੰਦੀ ਹੈ ਵੀ ਕੋਠੀ ਦਾ ਪ੍ਰੋਪਰ ਪਤਾ ਨਹੀਂ ਲੱਗਦਾ ਇੱਕ ਜਿੰਨੀ ਵੀਡੀਓ ਪਹੁੰਚਦੀ ਹੈ ਜਿਆਦਾ ਤੋਂ ਜਿਆਦਾ ਤਾਂ ਫੋਨ ਨੂੰ ਲੰਮਾ ਰੱਖ ਕੇ ਬਣਾਈਆਂ ਹੁੰਦੀਆਂ ਜਿਵੇਂ ਕਿ ਫੋਟੋ ਸਕਰੀਨ ਤੇ ਚੱਲ ਰਹੀ ਹੈ ਜੀ ਇਸ ਤਰ੍ਹਾਂ ਵੀਡੀਓ ਨਹੀਂ ਬਣਾਉਣੀ ਫੋਨ ਨੂੰ ਫੜ ਕੇ ਵੀਡੀਓ ਸਿਰਫ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਕਿਉਂਕਿ ਫੋਨ ਨੂੰ ਟੇਡਾ ਫੜ ਕੇ ਤੁਸੀਂ ਜਦੋਂ ਵੀਡੀਓ ਬਣਾਉਂਗੀ ਤਾਂ ਜਿਹੜੀ ਵੀਡੀਓ ਸਾਰੇ ਸਕਰੀਨ ਤੇ ਚੱਲੂਗੀ ਤੇ ਕੋਠੀ ਜਿਹੜੀ ਜਾਂ ਮਕਾਨ ਆਪਣਾ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਵਧੀਆ ਪਤਾ ਲੱਗੂਾ ਜੀ ਤੇ ਫੋਨ ਆਪਾਂ ਸਿੱਧਾ ਕਰਕੇ ਬਣਾਵਾਂਗੇ ਤਾਂ ਵੀਡੀਓ ਜਿਹੜੀ ਵਿਚਾਲੇ ਵਿਚਾਲੇ ਚੱਲੂਗੀ ਤੇ ਜਿਆਦਾ ਪਤਾ ਵੀ ਨਹੀਂ ਲੱਗਦਾ ਠੀਕ ਹੈ ਜੀ ਬਾਕੀ ਇੱਕ ਤੁਸੀਂ ਜਦੋਂ ਵੀਡੀਓ ਬਣਾਉਨੇ ਹੋ ਤਾਂ ਵੀਡੀਓ ਨੂੰ ਵਧੀਆ ਤਰੀਕੇ ਨਾਲ ਬਣਾਇਆ ਕਰੋ ਜੀ ਇੱਕ ਤਾਂ ਫੋਨ ਘੱਟ ਹਿਲਾਇਆ ਕਰੋ ਜੀ ਮਤਲਬ ਕਿ ਜ਼ਿਆਦਾ ਹਿੱਲਣ ਨਾ ਦਿਆ ਕਰੋ ਬਿਲਕੁਲ ਆਰਾਮ ਨਾਲ ਵਧੀਆ ਫੋਨ ਨੂੰ ਫੜ ਕੇ ਤੇ ਫੋਨ ਨੂੰ ਟੇਡਾ ਰੱਖ ਕੇ ਵੀਡੀਓ ਬਣਾਉਣੀ ਹੈ ਜੀ ਤੇ ਮੈਂ ਕਹਿਣਾ ਵੀ ਹੁਣ ਜੀ ਹਰ ਰੋਜ਼ ਬਾਕੀ ਜਿਨ੍ਹਾਂ ਨੇ ਮੇਰੇ ਕੋਲੇ ਭੇਜਿਆ ਹੋਈਆਂ ਫੋਨ ਨੂੰ ਲੰਮਾ ਰੱਖ ਕੇ ਵੀਡੀਓ ਮੈਂ ਉਹਨਾਂ ਨੂੰ ਕਿਹਾ ਹੋਇਆ ਪਰ ਰਿਸਪੌਂਸ ਨਹੀਂ ਆਇਆ ਕੋਈ ਜੀ ਤੇ ਆਪਾਂ ਐਡ ਕਰਨੀ ਹੈ ਜੀ ਜਿੰਨੇ ਜਿੰਨਾਂ ਨੇ ਤੁਸੀਂ ਭੇਜੀ ਹੋਈਆਂ ਫੋਨ ਨੂੰ ਲੰਮਾ ਕਰਕੇ ਵੀਡੀਓ ਜਲਦੀ ਤੋਂ ਜਲਦੀ ਫੋਨ ਟੇਡਾ ਕਰਕੇ ਵਧੀਆ ਵੀਡੀਓ ਬਣਾ ਕੇ ਮੇਰੇ ਕੋਲੇ ਭੇਜ ਦਿਓ ਜੀ ਕਿਉਂਕਿ ਆਪਣਾ ਕੰਮ ਤਾਂ ਐਡ ਕਰੰਦਾ ਜੀ ਆਪਾਂ ਤਾਂ ਐਡ ਕਰਨੀ ਆ ਨਾ ਤਾਂ ਆਪਾਂ ਕੋਈ ਕਮਿਸ਼ਨ ਲੈਣਾ ਨਾ ਕੋਈ ਖਰਚਾ ਲੈਣਾ ਨਾ ਹੀ ਕੁਛ ਹੋਰ ਚੀ ਬਿਲਕੁਲ ਫਰੀ ਦੇ ਵਿੱਚ ਸਾਰਾ ਕੰਮ ਕਰ ਦਿਆਂ ਮੇਰਾ ਮੇਨ ਮਕਸਦ ਆਹੀ ਹੈ ਜਿੰਨੀ ਮੈਂ ਮਦਦ ਕਰ ਸਕਦਾ ਉਨੀ ਮੈਂ ਮਦਦ ਸਾਰਿਆਂ ਦੀ ਕਰਾਂ ਸੀ ਠੀਕ ਹੈ ਜੀ ਤੇ ਇੱਕ ਗੱਲ ਹੋਰ ਕਰਨੀ ਸੀਗੀ ਆਪਾਂ ਵੀਡੀਓ ਪਾ ਦਿੰਨੇ ਆ ਜੀ ਉਹ ਤੋਂ ਬਾਅਦ ਕਿਸੇ ਮੇਰੀ ਭੈਣ ਨੇ ਜਾਂ ਮੇਰੇ ਵੱਡੇ ਬਜ਼ੁਰਗ ਨੇ ਠੀਕ ਹੈ ਜੀ ਕੋਠੀ ਤੁਸੀਂ ਦੇਖਣ ਜਾਣੀ ਆ ਉਹ ਖਰੀਦਣੀ ਆ ਠੀਕ ਹੈ ਜੀ ਪਹਿਲਾਂ ਤਾਂ ਫੋਨ ਕਰਿਆ ਕਰੋ ਮਾਲਕ ਨੂੰ ਪੁੱਛਿਆ ਕਰੋ ਜੀ ਵੀ ਕੋਠੀ ਸੇਲ ਹੋਗੀ ਜਾਂ ਨਹੀਂ ਹੋਈ ਪੁੱਛ ਕੇ ਤੇ ਤੁਸੀਂ ਆਪ ਜਾਇਆ ਕਰੋ ਚਾਹੇ ਘਰ ਦੇ ਮੈਂਬਰ ਨੂੰ ਲੈ ਜਾ ਕਰੋ ਠੀਕ ਹੈ ਜੀ ਦੋ ਚਾਰ ਜਣੇ ਪਰ ਕਿਸੇ ਬਾਹਰਲੇ ਬੰਦੇ ਨੂੰ ਨਾ ਪਾਇਆ ਕਰੋ ਵਿਚ ਜੀ ਬਾਹਰਲਾ ਬੰਦਾ ਮਤਲਬ ਕੀ ਕੋਈ ਦਲਾਲ ਹੁੰਦਾ ਜਾਂ ਕੋਈ ਡੀਲਰ ਹੁੰਦਾ ਕਿਉਂਕਿ ਜੇ ਵਿਚ ਵਿਚਾਲੇ ਕੋਈ ਬੰਦਾ ਪਾਉਗੇ ਤਾਂ ਤੁਹਾਡੇ ਤੋਂ ਵੀ ਉਹ ਖਰਚਾ ਲਊਗਾ ਇਹ ਬਿਕਾਉਂਡ ਚ ਵੀ ਤੇ ਖਰੀਦਣ ਚ ਵੀ ਤੁਹਾਡਾ ਹੀ ਨੁਕਸਾਨ ਆ ਜੀ ਕਿਉਂਕਿ ਉਹਨੂੰ ਤਾਂ ਪੈਸੇ ਬਣ ਜਾਣਗੇ ਤੇ ਤੁਹਾਡੇ ਕੋਲੋਂ ਲੱਗ ਜਾਣਗੇ ਠੀਕ ਹੈ ਜੀ ਮੇਰਾ ਕਹਿਣ ਦਾ ਭਾਵ ਸੀਗਾ ਮਤਲਬ ਸਮਝ ਲਓ ਤੁਸੀਂ ਜੀ ਤਾਂ ਕਰਕੇ ਸੀ ਤੇ ਆਪਣਾ ਤਾਂ ਮੇਨ ਮਕਸਦ ਆ ਹੀ ਹੈ ਵੀ ਤੁਸੀਂ ਘਰ ਬੈਠੇ ਹੀ ਕੋਠੀ ਜਾਂ ਮਕਾਨ ਖਰੀਦ ਸਕੋ ਤੇ ਵੇਚ ਸਕੋ ਜੀ ਠੀਕ ਹੈ ਤੇ ਬਾਕੀ ਆਵਦਾ ਥੋੜਾ ਧਿਆਨ ਰੱਖਿਆ ਕਰੋ ਜੀ ਠੀਕ ਹੈ ਤੇ ਜਿਹੜੇ ਕੋਠੀ ਮਕਾਨ ਤੁਸੀਂ ਭੇਜ ਦਿਓ ਵਧੀਆ ਤਰੀਕੇ ਨਾਲ ਆਪਣੇ ਕੋਲੇ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਜਲਦੀ ਤੋਂ ਜਲਦੀ ਐਡ ਤੁਹਾਡੀ ਲੱਗ ਜੂਗੀ ਤੇ ਵੀਡੀਓ ਤੁਸੀਂ ਫੋਨ ਨੂੰ ਟੇਡਾ ਕਰਕੇ ਘਟੋ ਘਟ 4 ਤੋਂ 5 ਮਿੰਟ ਦੀ ਵੀਡੀਓ ਤਾਂ ਜਰੂਰ ਕਰਿਆ ਕਰੋ ਬਿਲਕੁਲ ਆਰਾਮ ਨਾਲ ਜੀ ਠੀਕ ਹੈ ਜੀ ਬਾਕੀ ਇੰਨੀ ਇੱਕ ਗੱਲ ਕਰਨੀ ਸੀਗੀ ਮੈਂ ਤੇ ਖਾਸ ਆਪਣਾ ਮੇਨ ਮਕਸਦ ਆਈ ਸੀਗਾ ਇੱਕ ਤਾਂ ਵਿਚਾਲੇ ਬੰਦੇ ਨੂੰ ਨਾ ਪਾਇਆ ਕਰੂ ਇੱਕ ਜਿਹੜੀ ਵੀਡੀਓ ਬਣਾ ਕੇ ਭੇਜ ਦਿਓ ਵਧੀਆ ਤਰੀਕੇ ਨਾਲ ਬਣਾ ਕੇ ਭੇਜਿਆ ਕਰੋ। ਬਾਕੀ ਬਹੁਤ-ਬਹੁਤ ਸ਼ੁਕਰੀਆ ਜੀ। ਤੇ ਜਿਆਦਾ ਲੰਮੀ ਵੀਡੀਓ ਆਪਾਂ ਖਿੱਚਦੇ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਜਿਆਦਾ ਲੰਮੀ ਵੀਡੀਓ ਹੋਊਗੀ ਤਾਂ ਬੋਰ ਕਰ ਲੱਗ ਜਾਂਦੀ ਆ। ਬਾਕੀ ਆਪ ਦਾ ਧਿਆਨ ਰੱਖਿਆ ਕਰੋ ਤੁਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਚੈਨਲ ਨਾਲ ਜੁੜਨ ਵਾਸਤੇ ਬਹੁਤ-ਬਹੁਤ ਸ਼ੁਕਰੀਆ ਜਿੰਨੇ ਤੁਸੀਂ ਦੇਖ ਰਹੇ ਹੋ। ਆਪਣੇ ਚੈਨਲ ਦੇ ਮੈਂਬਰ ਬਣ ਜਾਓ ਜੀ ਤੇ ਸਬਸਕ੍ਰਾਈਬ ਕਰ ਲਓ। ਤੇ ਜਲਦੀ ਤੋਂ ਜਲਦੀ 1 ਲੱਖ ਸਬਸਕ੍ਰਾਈਬ ਕਰਵਾ ਦਿਓ ਆਪਣਾ 1 ਲੱਖ ਦਾ ਪਰਿਵਾਰ ਹੋ ਜਾਊਗਾ ਤੇ ਬਹੁਤ ਬਹੁਤ ਸ਼ੁਕਰੀਆ ਬਾਕੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਤੇ ਐਨੇ ਕੀ ਕਹਿ ਸਕਦਾ ਮੇਰੇ ਕੋਲੇ ਜਿਆਦਾ ਲਫ਼ਜ਼ ਨਹੀਂ ਹੁੰਦੇ ਤੁਸੀਂ ਸਮਝ ਲਿਆ ਕਰੋ ਜੀ ਤੇ ਮਿਲਦੇ ਆਂ ਜੀ ਜਲਦੀ ਨਵੇਂ ਕੋਠੀ ਤੇ ਨਵੇਂ ਮਕਾਨ ਦੇ ਨਾਲ